का की लेना सी होर स्कूल च ला दांगे ठीक है कि नहीं चंद बाज ला दांगे टुड्डी ला दांगे धूड़कोट ला दांगे जिन्ना चिर गोबर गैस बंद नहीं होगा स्कूल च असि नहीं जाणगे साडे बच्चा भी नहीं आउण देना असि जिन्ना चिर बंद नहीं हुंदा गा साडे पैसे लगन च नहीं आ रहा साडा लगन दिता हुण पंचायत हुण जट कि गए आ हुण नहीं जट बोलदे गे उदों जट सारे इकट्ठे हो के जावड़े सीगे वी सरवण सिंह दा आरा नहीं लगन देना गा आरा लगू जे गोबर गैस लगूगा चलूगा ते आरा भी उत्थे लगूगा ते इन्हें गोबर गैस भी बंद आ असि गोबर गैस नहीं बंद होगा गल ये आ वी जिहड़ा ये सरकार दी स्कीम आ सरकार दी स्कीम आ वी इहदे तो आपां अग दे नाल रोटियां पकाउणियां इहदे तो जिहड़े आ सरकारां दी आ वी LPG गैस घट वरतो घरां लई घातक आ सेहत लई वी घातक आ इह घरां दे विच रोटी खाणा बनाउण दे कम आउणा ते घरां दे विच ही लगणे आ जे हुण खेतां दे विच तां लगणे नहीं गे क्यों खाणा तां घरे बणना जिन्ना दूजा रसोई दे नेड़े लावांगे उन्नी इहदी ऊर्जा ओह इह आ वी गुरतेजपाल सिंह जो ਪੰਜਾਬ ਪੁਲਿਸ ਦਾ ਕਾਂਸਟੇਬਲ ਆ ਉਹ ਜਗ੍ਹਾ ਖਰੀਦਣੀ ਚਾਹੁੰਦਾ ਸੀਗਾ ਅਤੇ ਉਹ ਜਗ੍ਹਾ ਉਹਦੇ ਤੋਂ ਨਾ ਖਰੀਦੀ ਜਾਣੀ ਕਰਕੇ ਜਾਂ ਉਹ ਪਰਿਵਾਰ ਨੇ ਉਹਨੂੰ ਨਾ ਦੇਣੀ ਕਰਕੇ ਉਹ ਜਗ੍ਹਾ ਮੈਂ ਖਰੀਦਣੀ ਉਹਨੇ ਉਸ ਜਗ੍ਹਾ ਨਾ ਖਰੀਦੇ ਜਾਣ 'ਤੇ ਨਾ ਉਹਨੂੰ ਮਿਲਣ ਦੇ ਕਾਰਨ ਇੱਕ ਐਵੇਂ ਫੋਨ 'ਤੇ ਗਰੁੱਪ ਬਣਾ ਲਿਆ ਗਰੁੱਪ ਬਣਾ ਕੇ ਅਤੇ ਮੈਂ ਹੁਣ ਉੱਥੇ ਗੋਬਰ ਗੈਸ ਪਲਾਂਟ ਜੋ ਪੈਡਾ ਸੈਂਟਰ ਦੀ ਸਕੀਮ ਆ ਉਹਦੇ ਥਰੂ ਲਵਾਇਆ ਜੋ ਉਹਦੀਆਂ ਰਿਕੁਆਇਰਮੈਂਟਾਂ ਮੈਂ ਸਾਰੀਆਂ ਪੂਰੀਆਂ ਕੀਤੀਆਂ ਕਿਸੇ ਦਾ ਕੋਈ ਉਹਦੇ ਵਿੱਚ ਮੈਂ ਨੁਕਸਾਨ ਦੇ ਕਰਨ ਦੇ ਜੋ ਹੋਈਗਾ ਜੇ ਕੋਈ ਕਿਸੇ ਦਾ ਨੁਕਸਾਨ ਹੁੰਦਾ ਮੈਂ ਤਾਂ ਵੀ ਸਾਡੇ ਬੱਚੇ ਸਕੂਲ ਦੇ ਵਿੱਚ ਪੜ੍ਹਦੇ ਆ ਨਾਲ ਸਕੂਲ ਦਾ ਦਫ਼ਤਰ ਆ ਠੀਕ ਆ ਜੀ ਨਾਲ ਉਹਦਾ ਖਾਣਾ ਬਣਦਾ ਬੱਚਿਆਂ ਦਾ ਠੀਕ ਆ ਸਾਡੇ ਬੱਚੇ ਇੱਥੇ ਖਾਣਾ ਖਾਂਦੇ ਆ ਉਹ ਬਿਮਾਰ ਹੋਣਗੇ ਕੀਟਾਣੂ ਜਾਣਗੇ ਬੱਚਿਆਂ ਨੂੰ ਸਮੈਲ ਜਾਊਗੀ ਇਸ ਕਰਕੇ ਸਕੂਲ ਦੇ ਵਿੱਚ ਬੱਚੇ ਸਕੂਲ ਦੇ ਵਿੱਚ ਬੱਚੇ ਨਹੀਂ ਗਏ ਹਾਲਾਂਕਿ ਛੁੱਟੀਆਂ ਹੁਣੇ ਖਤਮ ਹੋਈਆਂ ਸੀ ਪਰ ਫਿਰ ਵੀ ਅੱਜ ਬੱਚੇ ਸਕੂਲ ਨਹੀਂ ਗਏ ਕੀ ਇਸ਼ੂ ਇਹਨਾਂ ਦਾ ਪਿੰਡ ਵਾਲੇ ਤੋਂ ਜਾਣਦੇ ਇਹਨਾਂ ਦੀ ਇਹ ਪ੍ਰੋਬਲਮ ਆ ਕਿ ਸਕੂਲ ਦੀ ਕੰਧ ਦੇ ਨਾਲ ਗੋਬਰ ਗੈਸ ਪਲਾਂਟ ਬਣਾ ਦਿੱਤਾ ਗਿਆ ਕਿਸੇ ਪ੍ਰਾਈਵੇਟ ਬੰਦੇ ਵੱਲੋਂ ਆਪਣੀ ਜਗ੍ਹਾ ਪ੍ਰਾਈਵੇਟ ਜਗ੍ਹਾ ਦੇ ਵਿੱਚ ਬਣਾਇਆ ਗਿਆ ਪਰ ਪਿੰਡ ਵਾਲਿਆਂ ਦਾ ਜਿਨ੍ਹਾਂ ਦੇ ਬੱਚੇ ਪੜ੍ਹਦੇ ਆ ਸਕੂਲ ਦੇ ਵਿੱਚ ਅਤੇ ਖਾਸ ਕਰਕੇ ਵਿਦਿਆਰਥੀ ਵੀ ਇਹੀ ਆਖ ਰਹੇ ਆ ਕਿ ਜਿਹੜਾ ਗੋਬਰ ਗੈਸ ਬਣਾਇਆ ਉਹਦੀ ਸਮੈਲ ਸਾਡੇ ਸਕੂਲ ਦੇ ਵਿੱਚ ਆਉਂਦੀ ਹੈ ਇਸ ਕਰਕੇ ਜਿਹੜਾ ਅਸੀਂ ਸਕੂਲ ਦੇ ਵਿੱਚ ਨਹੀਂ ਜਾਵਾਂਗੇ ਪਿੰਡ ਵਾਲੇ ਸਾਰੇ ਇਕੱਠੇ ਹੋਏ ਆ ਜਿਨ੍ਹਾਂ ਦੇ ਬੱਚੇ ਪੜ੍ਹਦੇ ਆ ਕੀ ਕਹਿਣਾ ਉਹਨਾਂ ਸਾਰਿਆਂ ਲੋਕਾਂ ਦਾ ਜਿਨ੍ਹਾਂ ਨੇ ਇਹ ਇਕੱਠ ਕੀਤਾ ਸਕੂਲ ਨਾ ਜਾਣ ਦਾ ਫੈਸਲਾ ਬੱਚਿਆਂ ਦਾ ਉਹਨਾਂ ਦੇ ਮਾਪਿਆਂ ਵੱਲੋਂ ਲਿਆ ਗਿਆ ਵੀ ਉਹਨਾਂ ਚਿਰ ਅਸੀਂ ਸਕੂਲ ਦੇ ਵਿੱਚ ਆਪਣੇ ਜਿਹੜੇ ਬੱਚੇ ਆ ਨਹੀਂ ਭੇਜਾਂਗੇ ਜਿੰਨੀ ਦੇਰ ਤੱਕ ਇਹ ਜਿਹੜਾ ਗੋਬਰ ਗੈਸ ਪਲਾਂਟ ਆ ਜਿਹੜਾ ਇਹ ਬੰਦ ਨਹੀਂ ਕੀਤਾ ਜਾਵੇਗਾ ਪੁੱਛਦੇ ਉਹਨਾਂ ਤੋਂ ਹਾਂਜੀ ਬਾਈ ਜੀ ਕੀ ਮਸਲਾ ਕੀ ਹੈ ਇਹ ਮਸਲਾ ਇਹ ਆ ਬਾਈ ਜੀ ਸਾਡੇ ਬੱਚੇ ਸਕੂਲ ਦੇ ਵਿੱਚ ਪੜ੍ਹਦੇ ਆ ਨਾਲ ਸਕੂਲ ਦਾ ਦਫ਼ਤਰ ਆ ਠੀਕ ਆ ਜੀ ਨਾਲ ਉਹਦਾ ਖਾਣਾ ਬਣਦਾ ਬੱਚਿਆਂ ਦਾ ਠੀਕ ਆ ਸਾਡੇ ਬੱਚੇ ਇੱਥੇ ਖਾਣਾ ਖਾਂਦੇ ਆ ਉਹ ਬਿਮਾਰ ਹੋਣਗੇ ਕੀਟਾਣੂ ਜਾਣਗੇ ਬੱਚਿਆਂ ਨੂੰ ਸਮੈਲ ਜਾਊਗੀ ਇਸ ਕਰਕੇ ਸਕੂਲ ਦੇ ਵਿੱਚ ਬੱਚੇ ਨਹੀਂ ਭੇਜਣੇ ਕਿੰਨੀ ਦੇਰ ਨਹੀਂ ਬੱਚੇ ਭੇਜਣੇ ਜਿੰਨਾ ਚਿਰ ਇਹ ਬੰਦ ਨਹੀਂ ਹੋਊਗਾ ਤੁਸੀਂ ਉਹਨਾਂ ਨਾਲ ਗੱਲ ਕੀਤੀ ਹੈ ਜਿਨ੍ਹਾਂ ਦਾ ਅਸੀਂ ਉਹਨਾਂ ਨਾਲ ਗੱਲ ਕੀਤੀ ਆ ਉਹ ਸਾਡੇ ਨਾਲ ਕੋਈ ਸਹਿਮਤ ਨਹੀਂ ਸਾਡੀ ਕੋਈ ਨਹੀਂ ਉਹਨਾਂ ਨੇ ਇਹ ਮਨਜ਼ੂਰੀ ਲੈ ਕੇ ਹੀ ਬਣਾਇਆ ਗਿਆ ਉਹ ਕਹਿੰਦੇ ਅਸੀਂ ਸਬਸਿਡੀ 'ਤੇ ਬਣਾਇਆ ਸਬਸਿਡੀ ਤਾਂ ਹੁਣ ਮੁਰਗਿਆਂ ਵਾਸਤੇ ਘਰ ਪਾਲਣ ਵਾਸਤੇ ਫਿਰ ਮੁਰਗੇ ਉੱਤੇ ਸੱਤਾਂ 'ਤੇ ਪਾ ਲੈਣਗੇ ਲੋਕ ਨਹੀਂ ਹਾਲੇ ਤੱਕ ਇਹ ਬੱਚੇ ਨੂੰ ਇਸ ਦੀ ਪਰੇਸ਼ਾਨੀ ਆਈ ਹੈ ਬੱਚਾ ਅੱਜ ਸਕੂਲ ਹੀ ਅੱਜ ਲੱਗਾ ਜੀ 3 ਤਰੀਕ ਨੂੰ ਅਤੇ ਬਣਿਆ ਕਿੰਨੇ ਕੁ ਚਿਰ ਦਾ ਹਜੇ 10 ਦਿਨ ਹੋਏ ਬਣੇ ਨੂੰ ਜੀ ਅਤੇ ਫਿਰ ਤੁਸੀਂ ਪਹਿਲਾਂ ਹੀ ਕਿਵੇਂ ਕਹਿਤਾ ਵੀ ਇਹਦੀ ਪਰੇਸ਼ਾਨੀ ਆਉਂਦੀ ਹੈ ਬੱਚਿਆਂ ਨੂੰ ਹਜੇ ਚਾਲੂ ਹੋ ਗਿਆ ਸਾਨੂੰ ਚਾਲੂ ਕਰਤਾ ਜੀ ਇਹਨਾਂ ਨੇ 4 ਦਿਨ ਹੋ ਗਏ ਪਹਿਲਾਂ ਚਾਲੂ ਹੋ ਚੁੱਕਾ ਜੀ ਠੀਕ ਹੈ ਜੀ ਗੋਹਾ ਪਾਉਣ ਲੱਗ ਪਏ ਇਹਦੇ 'ਚ ਠੀਕ ਹੈ ਜੀ ਹੁਣ ਬੱਚੇ ਸਾਡੇ ਕੱਲ੍ਹ ਦੇ ਇੱਥੇ ਆਉਂਦੇ ਆ ਖੇਡਣ ਆਉਂਦੇ ਆ ਪਿੰਡ ਦੀ ਪੰਚਾਇਤ ਨਾਲ ਤੁਸੀਂ ਗੱਲ ਕੀਤੀ ਹੈ ਵੀ ਇਹ ਜਦੋਂ ਬਣਾ ਰਹੇ ਸੀ ਉਦੋਂ ਤੁਸੀਂ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਹੋਈ ਐਪਲੀਕੇਸ਼ਨ ਦਿੱਤੀ ਹੋਈ ਏਡੀ ਉੱਥੇ ਉੱਥੇ ਦਫ਼ਤਰ ਦਿੱਤੀ ਹੋਈ ਉਹ ਅੱਜ ਕੀ ਉਹਨਾਂ ਨੇ ਕੀ ਆਖਿਆ ਉਹ ਕਹਿੰਦੇ ਸੀ 100 ਮੰਗਲਵਾਰ ਤੱਕ ਦਾ ਬੱਚੇ ਤੁਸੀਂ ਨਾ ਸਕੂਲ ਭੇਜੋਗੇ ਤੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਊਗਾ ਪੇਪਰ ਹੋਣਗੇ ਕੋਈ ਗੱਲ ਨਹੀਂ ਨੁਕਸਾਨ ਹੋਊਗਾ ਤੇ ਫਿਰ ਵੇਖੀ ਜਾਊਗੀ ਬੱਚੇ ਬਿਮਾਰ ਹੋ ਜਾਣਗੇ ਫਿਰ ਵੇਖੀ ਜਾਊਗੀ ਫਿਰ ਦਾਖਲ ਕਰਾਵਾਂਗੇ ਮੈਡੀਕਲਾਂ ਦੇ ਵਿੱਚ ਉਂਝ ਦੀ ਕੋਈ ਗੱਲ ਸੁਣਦੇ ਤੁਸੀਂ ਉਹ ਜਿਹੜੀ ਪਾਰਟੀ ਨੇ ਬਣਾਇਆ ਗੋਬਰ ਗੈਸ ਬਣਾਇਆ ਉਹਨਾਂ ਨਾਲ ਗੱਲਬਾਤ ਕੀਤੀ ਹੋਈ ਉਹ ਕੀ ਕਹਿੰਦੇ ਆ ਤੁਹਾਨੂੰ ਉਹਨਾਂ ਨਾਲ ਗੱਲ ਕੀਤੀ ਆ ਉਹ ਕਹਿੰਦੇ ਸਬਸਿਡੀ ਲੈ ਕੇ ਇਹ ਜਗ੍ਹਾ ਬਣਾਈ ਹੈ ਜੀ ਸਬਸਿਡੀ ਤਾਂ ਉਹ ਆਪਦੇ ਘਰ ਦੇ ਵਿੱਚ ਬਣਾਉਣ ਫਿਰ ਸਕੂਲ ਦੇ ਵਿਚਾਲੇ ਬਣਾ ਲੈਣ ਇਹੀ ਹੋ ਸਕਦਾ ਹਾਲੀ ਇਹਨਾਂ ਨੇ ਜਦੋਂ ਬੋਲਦੇ ਸੀ ਨਾ ਗੋਇਆ ਤੇ ਸਾਡਾ ਬਾਹਰ ਖੁੱਲ੍ਹਾ ਸੀ ਅਸੀਂ ਨਾ 5-6 ਦਿਨ ਐਂ ਕਰਕੇ ਲੰਘਦੇ ਰਹੇ ਤਾਂ ਐਂ ਕਰਕੇ ਬਹਿੰਦੇ ਰਹੇ ਇੰਨਾ ਮੁਸ਼ਕ ਆ ਪਿਆ ਸਾਡਾ ਘਰ ਆ 24 ਘੰਟੇ ਤਾਂ ਹੁਣ ਅਸੀਂ ਅੰਦਰ ਵੜ ਨਹੀਂ ਸਕਦੇ ਇਹਨਾਂ ਨੇ 6-7 ਟਰਾਲੀਆਂ ਘੋਲ ਘੋਲ ਕਿੱਥੇ ਪਾਈਆਂ ਤੇ ਇੰਨਾ ਮੁਸ਼ਕਲ ਬਦਲ ਗਿਆ ਆਪ ਨਹੀਂ ਗੱਲ ਕੀਤੀ ਉਹਨਾਂ ਨਾਲ ਵੀ ਇਹ ਨਾ ਯਾਰ ਇੱਥੇ ਸਾਰਿਆਂ ਨੂੰ ਆਵਾਜ਼ਾਰੀ ਨਾ ਪਿੱਛੇ ਤੇ ਗੁਰਦਾਰੇ ਵੀ ਹੋਈ ਇਹ ਗੱਲ ਇਹਨਾਂ ਨੇ ਮੰਨੇ ਨਹੀਂ ਆ ਹੁਣ ਆ ਕੇ ਇਹਨਾਂ ਨੇ ਆ ਮਿੱਟੀ ਨਾਲ ਰਾਤੋਂ ਰਾਤ ਨਾਲ ਛੁੱਟੀ ਆ ਤੁਹਾਡੇ ਜਵਾਕ ਪੜਦੇ ਜੀ ਇੱਥੇ ਹਾਂਜੀ ਪੜਦੇ ਆ ਜੀ ਜਵਾਕ ਪੜਦੇ ਆ ਤੇ ਉਹ ਕੀ ਆਂਦੇ ਆ ਘਰੇ ਜਾ ਕੇ ਉਹ ਕਹਿੰਦੇ ਸਾਨੂੰ ਸਮੈਲ ਆਉਂਦੀ ਆ 7 ਟਰਾਲੀਆਂ ਇਹਨਾਂ ਦੇ ਵਿੱਚ ਗੋਹੇ ਦੀਆਂ ਘੋਲਤੀਆਂ ਅੱਛਾ ਜੀ ਤੇ ਸਾਨੂੰ ਪਰੇਸ਼ਾਨੀ ਆ ਅਸੀਂ ਜਵਾਕ ਨਹੀਂ ਭੇਜਣੇ ਜਿੰਨਾ ਚਿਰ ਇਹ ਗੋਬਰ ਗੈਸ ਬੰਦ ਨਹੀਂ ਹੁੰਦਾਗਾ ਠੀਕ ਹੈ ਜੀ ਸਾਡਾ ਪਲਾਨ ਨਿਸ਼ਕਾਨ ਹੋ ਜੇ ਜੇ ਅਸੀਂ ਉਹਦੇ ਬੱਚੇ ਜਿੱਦ ਕਰਦੇ ਆ ਵੀ ਉੱਤੇ ਸਮੈਲ ਆਉਂਦੀ ਅਸੀਂ ਨਹੀਂ ਭੋਲ ਜਾਣਾ ਬੱਚੇ ਵੀ ਕਰਦੇ ਤੇ ਅਸੀਂ ਆਪ ਵੀ ਕਰਦੇ ਆ
ਅੱਛਾ ਜੀ ਜਿੰਨਾ ਚਿਰ ਬੰਦ ਨਹੀਂ ਹੋਊਗਾ ਉਹਨਾਂ ਚਿਰ ਸਾਡੇ ਬੱਚੇ ਨਹੀਂ ਆਉਣਗੇ ਅਸੀਂ ਬਿਮਾਰ ਕਰਨੇ ਆਪਦੇ ਬੱਚੇ ਜਿਹਦੇ ਬਸਾ ਦੇ ਬੱਚੇ ਬਿਮਾਰ ਮਰ ਗਏ ਅਸੀਂ ਸਕੂਲ ਅਸੀਂ ਪੜਾਈ ਤੇ ਜੀ ਤਾਂ ਕੀ ਲੈਣਾ ਸੀ ਹੋਰ ਸੁਗੇ ਜਿੰਨਾ ਚਿਰ ਗੋਬਰ ਗੈਸ ਬੰਦ ਨਹੀਂ ਹੋਊਗਾ ਸਕੂਲ ਚ ਅਸੀਂ ਨਹੀਂ ਆਉਣਗੇ ਸਾਡੇ ਬੱਚੇ ਠੀਕ ਹੈ ਅੱਜ ਕੋਈ ਜਵਾਕ ਨਹੀਂ ਆਉਂਦਾ ਅੱਜ ਇੱਕ ਬੱਚਾ ਵੀ ਨਹੀਂ ਆਉਣ ਦੇਣਾ ਅਸੀਂ ਜਿੰਨਾ ਚਿਰ ਬੰਦ ਨਹੀਂ ਹੁੰਦਾਗਾ ਠੀਕ ਹੈ ਜੀ ਹਾਂ ਇਹ ਸਾਡੀ ਅੜੀ ਆ ਅਸੀਂ ਨਹੀਂ ਧਰਨਾ ਲਾਵਾਂਗੇ ਠੀਕ ਹੈ ਜੀ ਠੀਕ ਆ ਐਸਐਸਪੀ ਦੇ ਲਾਵਾਂਗੇ ਡੀਐਸਪੀ ਦੇ ਲਾਵਾਂਗੇ ਬੰਦ ਤਾਂ ਇਹ ਹੋਣਾ ਚਾਹੀਦਾ ਪਰ ਤੁਸੀਂ ਪਹਿਲਾਂ ਜਦੋਂ ਇਹ ਬਣ ਰਿਹਾ ਸੀ ਉਦੋਂ ਉਹਨਾਂ ਨਾਲ ਕੋਈ ਸੰਪਰਕ ਕੀਤਾ ਉਦੋਂ ਆਂਦੇ ਵੀ ਸਾਡੀ ਮਨਜ਼ੂਰੀ ਲਈ ਆ ਅਸੀਂ ਇਹਦਾ ਜੋ ਵੀ ਕਾਰੋਬਾਰ ਕੀਤਾ ਸੀ ਅਸੀਂ ਜਗ੍ਹਾ ਮੁੱਲ ਲਈ ਤੁਸੀਂ ਵੇਖਿਆ ਹੋਊਗਾ ਉਹਨੂੰ ਕੱਲੇ ਕੱਲੇ ਬੰਦੇ ਨੂੰ ਨਹੀਂ ਨਾ ਅਗਲਾ ਨਿਆਂ ਦਿੰਦਾ ਕੱਲੇ ਕੱਲੇ ਬੰਦੇ ਨੂੰ ਕੋਈ ਨਿਆਂ ਨਹੀਂ ਦਿੰਦਾ ਹੁਣ ਫਿਰ ਤੇ ਅਗਲੀ ਕੀ ਹੋਊਗੀ ਕਾਰਵਾਈ ਜੇ ਅਗਲੀ ਕਾਰਵਾਈ ਅਸੀਂ ਜਿੰਨਾ ਚਿਰ ਬੰਦ ਨਹੀਂ ਹੁੰਦਾ ਬੱਚੇ ਸਕੂਲ ਨਾ ਜਾਣਗੇ ਤੇ ਬੱਚਿਆਂ ਦਾ ਨੁਕਸਾਨ ਹੋਊਗਾ ਪੜ੍ਹਾਈ ਦਾ ਬੱਚਿਆਂ ਦਾ ਨੁਕਸਾਨ ਤਾਂ ਚਲੋ ਹੈਗਾ ਹੀ ਉਹ ਤਾਂ ਪਤਾ ਹੀ ਆ ਨੁਕਸਾਨ ਕਰਕੇ ਹੀ ਮਤਲਬ ਚੰਗੇ ਕੰਮ ਕੋਈ ਅਲਟੀਮੇਟਮ ਦੇ ਦਿਓ ਪ੍ਰਸ਼ਾਸਨ ਨੂੰ ਵੀ ਇੰਨੇ ਦਿਨਾਂ ਦੇ ਵਿੱਚ ਸਾਡੀ ਜਿਹੜੀ ਇਹ ਮੰਗ ਆ ਇਹਨੂੰ ਪੂਰੀ ਕੀਤੀ ਜਾਵੇ ਅਦਰਵਾਈਜ਼ ਅਸੀਂ ਜਿਹੜੇ ਜਵਾਕ ਆ ਸਕੂਲ ਨਹੀਂ ਭੇਜਾਂਗੇ ਕੋਈ ਜਿਹਾ ਵੀ ਤੁਸੀਂ ਕਦਮ ਚੱਕ ਸਕਦੇ ਆ ਸਿਆਣੇ ਆ ਤੁਸੀਂ ਪੇਰੈਂਟਸ ਆ ਇਹਨਾਂ ਦਾ ਇੱਕ ਮਹੀਨੇ ਦੀਆਂ ਛੁੱਟੀਆਂ ਤੋਂ ਬਾਅਦ ਆਇਆ ਤੁਸੀਂ ਪ੍ਰਸ਼ਾਸਨ ਨੂੰ ਅਲਟੀਮੇਟਮ ਦੇ ਦਿਓ 5 ਦਿਨ ਦਾ 10 ਦਿਨ ਦਾ ਵੀ ਸਾਡੀ ਇਸ ਚੀਜ਼ ਤੇ ਕਾਰਵਾਈ ਕਰੋ ਅਦਰਵਾਈਜ਼ ਅਸੀਂ ਆਪਦੇ ਬੱਚੇ ਨੂੰ ਸਕੂਲ ਭੇਜਾਂਗੇ ਅਸੀਂ ਧਰਨਾ ਲਾਵਾਂਗੇ ਪ੍ਰਸ਼ਾਸਨ ਨਾਲ ਇਹਨਾਂ ਦੀ ਮੇਰੀ ਤਾਂ ਨਹੀਂ ਗੱਲ ਹੋਈ ਇਹਨਾਂ ਦੀ ਹੋਈ ਆ ਪਿੰਡ ਦੇ ਸਰਪੰਚ ਨਾਲ ਤੁਸੀਂ ਗੱਲ ਕੀਤੀ ਵੀਰੇ ਸਾਡੀ ਪਿੰਡ ਦੇ ਪੰਚਾਇਤ ਨਾਲ ਕੋਈ ਗੱਲ ਨਹੀਂ ਹੋਏਗੀ ਤੇ ਇਹ ਪਿੰਡ ਵਾਲਿਆਂ ਨੂੰ ਪਤਾ ਵੀ ਕੀਤੀ ਕਿ ਨਹੀਂ ਕੀਤੀ ਲੇਕਿਨ ਅਸੀਂ ਇਹ ਜਿਹੜਾ ਹਾਂ ਇਹਨਾਂ ਨੇ ਗੱਲ ਕੀਤੀ ਹੋਊਗੀ ਪਿੰਡ ਵਾਲਿਆਂ ਨੇ ਇਕੱਠੇ ਹੋ ਗਏ ਜੀ ਲੇਕਿਨ ਸਾਨੂੰ ਇਹ ਬੰਦ ਚਾਹੀਦਾ ਕਿਉਂਕਿ ਜਿਹੜੀ ਸਰਕਾਰ ਬਣੀ ਆ ਸਰਕਾਰ ਇਹਨਾਂ ਸਕੂਲਾਂ ਵਾਸਤੇ ਕਿੰਨਾ ਕੁ ਸੋਚਦੀ ਆ ਲੇਕਿਨ ਇਹਨਾਂ ਇਸ ਪਿੰਡ ਦੀ ਪੰਚਾਇਤ ਨੇ ਸਰਕਾਰ ਦਾ ਸਾਥ ਨਾ ਦੇਣ ਤੇ ਨਾਲ ਪਾਵਰ ਪਲਾਂਟ ਬਣਾ ਕੇ ਰੱਖਤਾ ਠੀਕ ਆ ਉਹਦੇ ਨਾਲ ਬੱਚੇ ਬਿਮਾਰ ਤੁਸੀਂ ਕਹਿੰਦੇ ਆ ਕਿ ਬੱਚੇ ਬਿਮਾਰ ਹੋਣਗੇ ਅਸੀਂ ਹੁਣ ਸਾਨੂੰ ਤਾਂ ਦੂਜਾ ਬੱਚਿਆਂ ਦੀ ਪੜ੍ਹਾਈ ਖਰਾਬ ਬੱਚਿਆਂ ਦੀ ਪੜ੍ਹਾਈ ਤੁਸੀਂ ਕਹਿੰਦੇ ਬੱਚਿਆਂ ਦੀ ਪੜ੍ਹਾਈ ਖਰਾਬ ਹੋਊਗੀ ਅਸੀਂ ਬੱਚਿਆਂ ਦੀ ਪੜ੍ਹਾਈ ਖਰਾਬ ਕਰ ਲਾਂਗੇ ਲੇਕਿਨ ਬਿਮਾਰ ਨਹੀਂ ਕਰਨਾ ਚਾਹੁੰਦੇ ਕਿਉਂਕਿ ਜੇਕਰ ਸਾਡੇ ਬੱਚੇ ਤੰਦਰੁਸਤ ਹੋਣਗੇ ਅਸੀਂ ਇਸ ਸਕੂਲ 'ਚ ਨਹੀਂ ਭੇਜਾਂ ਕਿਤੇ ਹੋਰ ਸਕੂਲ ਭੇਜ ਦਾਂਗੇ ਧੂੜਕੋਟ ਭੇਜਾਂਗੇ ਚੰਦਵਾਜੇ ਭੇਜਾਂਗੇ ਲੇਕਿਨ ਇੱਥੇ ਨਹੀਂ ਭੇਜਦੇ ਜਿੰਨਾ ਚਿਰ ਇਹ ਸਕੂਲ ਦਾ ਪਾਵਰ ਪਲਾਂਟ ਇਹਦੇ ਜਿਹੜਾ ਨਾਲ ਬਣਿਆ ਨਹੀਂ ਬੰਦ ਇਹਦੇ ਵਿੱਚ ਇਹ ਆ ਵੀ ਸਕੂਲ ਦੇ ਨਾਲ 10 ਮਰਲੇ ਜਗ੍ਹਾ ਮੈਂ ਪਿਛਲੇ 2 ਮਹੀਨਿਆਂ ਤੋਂ 2 ਮਹੀਨੇ ਹੋ ਗਏ ਆ ਜਿਹੜੀ ਮੈਂ ਬੈ ਖਰੀਦੀ ਆ ਸਹੀ ਜਿਹੜਾ ਇੱਥੇ ਮੁੱਦਾ ਉਹ ਇਹ ਆ ਵੀ ਗੁਰਤੇਜਪਾਲ ਸਿੰਘ ਜੋ ਪੰਜਾਬ ਪੁਲਿਸ ਦਾ ਕਾਂਸਟੇਬਲ ਆ ਉਹ ਜਗ੍ਹਾ ਖਰੀਦਣੀ ਚਾਹੁੰਦਾ ਸੀਗਾ ਅਤੇ ਉਹ ਜਗ੍ਹਾ ਉਹਦੇ ਤੋਂ ਨਾ ਖਰੀਦੀ ਜਾਣੀ ਕਰਕੇ ਜਾਂ ਉਹ ਪਰਿਵਾਰ ਨੇ ਉਹਨੂੰ ਨਾ ਦੇਣੀ ਕਰਕੇ ਉਹ ਜਗ੍ਹਾ ਮੈਂ ਖਰੀਦ ਲਈ ਉਹਨੇ ਉਸ ਜਗ੍ਹਾ ਨਾ ਖਰੀਦੇ ਜਾਣ ਅਤੇ ਨਾ ਉਹਨੂੰ ਮਿਲਣ ਦੇ ਕਾਰਨ ਇੱਕ ਐਵੇਂ ਫੋਨ 'ਤੇ ਗਰੁੱਪ ਬਣਾ ਲਿਆ ਗਰੁੱਪ ਬਣਾ ਕੇ ਅਤੇ ਮੈਂ ਹੁਣ ਉੱਥੇ ਗੋਬਰ ਗੈਸ ਪਲਾਂਟ ਜੋ ਪੈਡਾ ਸੈਂਟਰ ਦੀ ਸਕੀਮ ਆ ਉਹਦੇ ਥਰੂ ਲਵਾਇਆ ਜੋ ਉਹਦੀਆਂ ਰਿਕੁਆਇਰਮੈਂਟਾਂ ਮੈਂ ਸਾਰੀਆਂ ਪੂਰੀਆਂ ਕੀਤੀਆਂ ਕਿਸੇ ਦਾ ਕੋਈ ਉਹਦੇ ਵਿੱਚ ਮੈਂ ਨੁਕਸਾਨ ਦੇ ਕਰਨ ਦੇ ਯੋਗ ਨਹੀਂਗਾ ਜੇ ਕੋਈ ਕਿਸੇ ਦਾ ਨੁਕਸਾਨ ਹੁੰਦਾ ਮੈਂ ਤਾਂ ਵੀ ਦੇਂਦਾ ਉਹਦੀਆਂ ਸ਼ਰਤਾਂ ਮੈਂ ਸ਼ਰਤਾਂ ਦੇ ਅਕੋਰਡਿੰਗ ਹੀ ਪੈਡਾ ਮਨਜ਼ੂਰ ਕਰਦਾ ਨਹੀਂ ਉਹ ਕਰਦਾ ਨਹੀਂਗਾ ਜੀ ਮਨਜ਼ੂਰ ਜੋ ਉਹਦੀਆਂ ਸ਼ਰਤਾਂ ਉਹ ਇਹ ਜਿਹੜਾ ਗੁਰਤੇਜਪਾਲ ਆ ਜੀ ਇਹ ਕਿਵੇਂ ਕਹਿ ਲਓ ਉੱਤੋਂ ਸਰਪੰਚੀ ਦਾ ਇਲੈਕਸ਼ਨ ਆ ਮੈਂ ਥੋੜ੍ਹਾ ਜਿਹਾ ਸਰਪੰਚੀ ਨੂੰ ਇੰਟਰਸਟਡ ਆ ਮੈਨੂੰ ਢਾਹ ਲਾਉਣ ਵਾਸਤੇ ਇਹ ਪਿੰਡ ਦਾ ਐਵੇਂ ਇਸ਼ੂ ਬਣਾਉਂਦਾ ਇਸ਼ੂ ਬਣਾ ਕੇ ਵੀ ਇਹਦੀ ਕਿਸੇ ਨਾ ਕਿਸੇ ਗੱਲ 'ਤੇ ਇਹਨੂੰ ਢਾਹ ਲਾਈ ਜਾਵੇ ਜੋ ਇਹ ਗੱਲਾਂ ਕਰਦੇ ਆ ਵੀ ਉੱਥੇ ਸਮੈਲ ਆਉਂਦੀ ਹੈ ਸਕੂਲ ਦੇ ਵਿੱਚ ਜਾਂ ਕੋਈ ਹੋਰ ਆ ਉਹ ਆਪਦੇ ਉੱਚ ਅਧਿਕਾਰੀ ਆ ਕੇ ਜਾਂਚ ਕਰ ਲੈਣ ਜੇ ਕੋਈ ਉਹ ਇਹ ਪੈਡਾਂ ਵਾਲੇ ਲਾਉਂਦੇ ਆ ਜੀ ਆਪਣੇ ਕਚਹਿਰੀ ਦੇ ਥੱਲੇ ਦਫ਼ਤਰ ਆ ਇਹਨਾਂ ਦਾ ਉਹੀ ਇਹਦੀ ਇਹਦੀ ਸਬਸਿਡੀ ਵੀ ਪਾਸ ਕਰਦੇ ਮੈਨੂੰ ਸਬਸਿਡੀ ਵੀ ਇਹਦੀ ਆਉਣੀ ਹੈ ਸਰਕਾਰ ਤਾਂ ਇਹ ਆ ਰਹੀ ਆ ਵੀ ਵੱਧ ਤੋਂ ਵੱਧ ਲਾਓ ਜਿਨ੍ਹਾਂ ਦੇ ਪਸ਼ੂ ਰੱਖੇ ਆ ਉਹ ਇਹਨਾਂ ਨੂੰ ਲਾਓ ਅਤੇ ਇਹਦਾ ਗੋਬਰ ਜਿਹੜਾ ਉਹ ਖੁੱਲ੍ਹੇ ਸਮਾਨ ਦੇ ਵਿੱਚ ਨਾ ਸੁੱਟੋ ਜਿਹੜਾ ਗੰਦਗੀ ਅਤੇ ਮੱਛਰ ਫੈਲਾਉਂਦਾ ਜਿਹਦੇ 'ਤੇ ਹੋਰ ਭਿਆਨਕ ਬਿਮਾਰੀਆਂ ਲੱਗਦੀਆਂ ਵੀ ਇਹਦਾ ਜਿਹੜਾ ਪਸ਼ੂਆਂ ਦਾ ਮਲ ਮੂਤਰ ਅਤੇ ਗੋਬਰ ਉਹ ਇਹਦੇ ਵਿੱਚ ਪਾਓ ਅਤੇ ਇਹਦੀ ਜਿਹੜੀ ਗੈਸ ਆ ਉਹ ਆਪਣੇ ਘਰ ਰੋਟੀ ਖਾਣਾ ਬਣਾਉਣ ਲਈ ਜੋ ਸਿਹਤ ਲਈ ਵੀ ਬਹੁਤ ਵਧੀਆ ਉਹ ਵਰਤੋ ਅਤੇ ਸੈਂਟਰ ਇਹ ਗੱਲ ਕਹਿੰਦੀ ਆ ਅਤੇ ਸੈਂਟਰ ਇਹ ਅਤੇ ਸਕੀ 20,000 ਰੁਪਇਆ ਸਬਸਿਡੀ ਦਿੰਦੀ ਆ ਇੱਕ 'ਤੇ ਮੈਂ 2 ਲਵਾਏ ਆ ਦੋਵਾਂ 'ਤੇ 40,000 ਰੁਪਇਆ ਉਹਨਾਂ ਨੇ ਮੈਨੂੰ ਸਬਸਿਡੀ ਦਿੱਤੀ ਨਹੀਂ ਕੋਈ ਅਜਿਹਾ ਤਾਂ ਨਹੀਂ ਸਕੂਲ ਦੇ ਨੇੜੇ ਲੱਗਾ ਜਿਵੇਂ ਉਹ ਬੱਚਿਆਂ ਨੂੰ ਉਹ ਪ੍ਰੋਬਲਮ ਉਹਦੇ ਲਈ ਕੋਈ ਇਹ ਵੇਖੋ ਜੀ ਜਿਹੜੀ LPG ਗੈਸ ਆ ਉਹ ਤਾਂ ਘਾਤਕ ਆ ਇਹ ਗੈਸ ਕੋਈ ਘਾਤਕ ਨਹੀਂ ਗੀ ਨਹੀਂ ਸਕੂਲ ਦੇ ਨੇੜੇ ਲੱਗਾ ਇਹਦੇ ਕਰਕੇ ਵੀ ਬੱਚਿਆਂ ਵਾਸਤੇ ਘਾਤਕ ਹੋਵੇ ਉਹਦੀ ਸਮੈਲ ਵਗੈਰਾ ਜਾਂ ਜੇ ਉਹ ਜੀ ਆਪਣੇ ਉੱਚ ਅਧਿਕਾਰੀ ਆਉਣ ਸਰਵਾ ਕਰਨ ਸਾਰੇ ਸਕੂਲ ਦਾ ਜੇ ਉਹਦੀ ਸਮੈਲ ਸਕੂਲ ਦੇ ਵਿੱਚ ਜਾਂਦੀ ਹੈ ਪੂਰੀ ਡਾਕੂਮੈਂਟੇਸ਼ਨ ਤੁਸੀਂ ਆਪ ਕੋਈ ਨਹੀਂ ਲੀਗਲੀ ਕੀਤਾ ਬਸ ਉਹਨਾਂ ਨੇ ਲਾਇਆ ਜੋ ਆਪ ਹੀ ਲਾਉਂਦੇ ਜੋ ਆਪ ਹੀ ਜਗ੍ਹਾ ਵੇਖ ਕੇ ਜਾਂਦੇ ਆਪ ਹੀ ਉਹਨਾਂ ਦਾ ਮਿਸਤਰੀ ਆਉਂਦਾ ਉਹੋ ਹੀ ਪਾਸ ਕਰਦਾ ਸਾਡੇ ਤੋਂ ਉਹ ਇਕੱਲੇ ਡਾਕੂਮੈਂਟ ਹੀ ਲੈਂਦੇ ਆ ਘਰਾਂ ਵਾਲੇ ਦਾ ਓਬਜੈਕਸ਼ਨ ਤਾਂ ਇਹੀ ਆ ਵੀ ਉਹਨਾਂ ਨੂੰ ਜਗ੍ਹਾ ਨਹੀਂ ਮਿਲੀ ਜੀ ਉਹਨਾਂ ਦਾ ਤਾਂ ਨਿੱਜੀ ਰੰਜਿਸ਼ ਇਹੀ ਆ ਵੀ ਉਹਨਾਂ ਨੂੰ ਜਗ੍ਹਾ ਇਹ ਉਹ ਚਾਹੁੰਦੇ ਸੀਗੇ ਜਗ੍ਹਾ ਲੈਣੀ ਚਾਹੁੰਦੇ ਸੀ ਜਗ੍ਹਾ ਮੈਂ ਲੈ ਲਈ ਬਸ ਇੰਨੀ ਗੱਲ ਦਾ ਹੀ ਆ ਅਤੇ ਉਹ ਦੂਜੇ ਵਿਚਾਰੇ ਭੋਲੇ ਭਾਲੇ ਬੰਦਿਆਂ ਨੂੰ ਅਤੇ ਮਾਪਿਆਂ ਨੂੰ ਬੱਚਿਆਂ ਨੂੰ ਗੁੰਮਰਾਹ ਕਰਕੇ ਇਸ ਗੱਲ 'ਤੇ ਐਵੇਂ ਉਠਾਈ ਜਾਂਦੇ ਆ।
बाकी आ मेरे पिंड दे विच दो होर बने हुए आ जी, एक तां इहदा जसवीर सिंह दे घरे बनिया, एक सीपे दे घरे बनिया, दोवां दे घरे जाके इन्हां दे जमा कंध दे नाल चुल्हे चौंते दे कोले रसोई दे कोले जिन्ना रसोई दे नेड़े रखांगे आपां उन्नी इहदी गैस रसोई नूं ज़्यादा आउंदी आ। इन्हां दे उत्थे बने आ, जाके उत्थे इन्हां दे चैक कर लैण जे कोई स्मैल वगैरह जां कोई गल होवे। किसी गल का कोई भी खतरा नहीं, जो कोई खतरा हो इस गल का होगा, बच्चों का कोई नुकसान होगा, मैं देनदार बैठा। मैं मिड डे मील का प्रधान हाँ जी, इस गल का मैं बच्चों की सेहत का मैं वध ख्याल है, जो कोई बच्चों नुकसान जाऊ मैं देनदार हाँ, मेरे करके ये करके जाऊंगा।